ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਇੱਦਾਂ ਦੀਆਂ ਬਖਸ਼ੀਸ਼ਾਂ ਬਖਸ਼ੀਆਂ ਹੋਈਆਂ ਹਨ, ਕੋਈ ਕਿੰਨਾ ਵੀ ਕੋਈ ਜ਼ੋਰ ਲਾ ਲਵੇ ਸਿੰਘਾਂ ਨੂੰ ਹੇਠਾਂ ਸੁੱਟਣ ਲਈ, ਪਰ ਫਿਰ ਵੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਅਸਮਾਨ ਦੀ ਉਚਾਈਆਂ ਨੂੰ ਛੂੰਹਦੇ ਜਾ ਰਹੇ ਹਨ, ਜਿਸ ਨੂੰ ਦੇਖ ਕੇ ਸਿੱਖਾਂ ਨੂੰ ਪਿਆਰ ਨਾ ਕਰਨ ਵਾਲਿਆਂ ਦੇ ਦਿਲਾਂ ਨੂੰ ਹੋਲ ਪੈਂਦੇ ਹਨ। ਇਸੇ ਹੀ ਤਰ੍ਹਾਂ ਜਦੋਂ ਪਹਿਲਾਂ ਕੈਨੇਡਾ ਦੇ ਵਿੱਚ ਜਗਮੀਤ ਸਿੰਘ ਜੀ ਨੇ ਕੈਨੇਡਾ ਦੇ ਵਿੱਚ ਆਪਣੀ ਪਾਰਟੀ ਬਣਾ ਟਰੂਡੋ ਨੂੰ ਸਮਰਥਨ ਦੇ ਟਰੂਡੋ ਦਾ ਰਾਜ ਕਾਇਮ ਕੀਤਾ ਸੀ, ਜਿੱਥੇ ਦੁਨੀਆ ਭਰ ਦੇ ਵਿੱਚ ਜਗਮੀਤ ਨੇ ਪੱਗ ਨੂੰ ਰੋਸ਼ਨ ਕੀਤਾ ਸੀ, ਉੱਥੇ ਹੀ ਕੁਝ ਟਾਈਮ ਪਹਿਲਾਂ ਤੋਂ ਇਹ ਖ਼ਬਰ ਆਈ ਸੀ ਕਿ ਸਕਾਟਲੈਂਡ ਦੇ ਵਿੱਚ ਇੱਕ ਸਿੱਖ ਲੜਕੀ MP ਚੁਣੀ ਗਈ, ਜਿਸ ਦੀ ਦੁਨੀਆ ਭਰ ਦੇ ਵਿੱਚ ਬਹੁਤ ਚਰਚਾ ਹੋਈ, ਔਰ ਹੁਣ ਐਡਾ ਵੱਡਾ ਕੰਮ ਇੰਗਲੈਂਡ ਦੇ ਵਿੱਚ ਹੋ ਗਿਆ, ਜਿਸ ਤੋਂ ਬਾਅਦ ਦੇਸ਼ ਦੁਨੀਆ ਦੇ ਵਿੱਚ ਜੋ ਕਦੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਤਖ਼ਤ, ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ, ਅਜਿਹਾ ਰਾਜ ਸਥਾਪਿਤ ਕੀਤਾ। ਸਿੰਘਾਂ ਨੇ ਪੂਰੀ ਦੁਨੀਆ ਦੇ ਵਿੱਚ ਕਮਾਲ ਕਰ ਦਿੱਤਾ ਹੈ, ਕਦੀ ਅਮਰੀਕਾ ਵਿੱਚੋਂ ਤੇ ਕਦੀ ਸਕਾਟਲੈਂਡ, ਕਦੀ ਇੰਗਲੈਂਡ ਦੇ ਵਿੱਚੋਂ ਸਿੰਘਾਂ ਦੀ ਬੁਲੰਦੀਆਂ ਦੀ ਖਬਰ ਆ ਜਾਂਦੀ ਹੈ। ਇੰਗਲੈਂਡ ਦੇ ਅੰਦਰ ਜੋ ਬਹੁਤ ਵੱਡੀ ਖਬਰ ਆ ਰਹੀ ਹੈ ਉਹ ਇਹ ਹੈ, ਜਿਸ ਨੂੰ ਅਸੀਂ ਅੱਗੇ ਵਿਸਤਾਰ ਵਿੱਚ ਕਰਾਂਗੇ, ਕਿ ਇੰਗਲੈਂਡ ਦੇ ਵਿੱਚ ਇੱਕ ਸਿੰਘ ਨੂੰ ਬਾਦਸ਼ਾਹ ਬਣਾ ਦਿੱਤਾ ਗਿਆ ਹੈ। ਜੀ ਹਾਂ, ਆਪ ਜੀ ਨੇ ਸਹੀ ਸੁਣਿਆ, ਇੰਗਲੈਂਡ ਦੇ ਵਿੱਚ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੰਮ੍ਰਿਤਧਾਰੀ ਸਿੱਖ ਬਾਦਸ਼ਾਹ ਬਣ ਚੁੱਕਾ ਹੈ। ਇਸ ਦੇ ਬਾਰੇ ਵੀ ਗੱਲ ਕਰਾਂਗੇ, ਪਰ ਇਸ ਤੋਂ ਪਹਿਲਾਂ ਗੱਲ ਕਰਾਂਗੇ ਰਾਹੁਲ ਗਾਂਧੀ ਦੀ। ਜਦੋਂ ਹੀ ਰਾਹੁਲ ਗਾਂਧੀ ਨੇ ਸਿੱਖਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ, ਰਾਹੁਲ ਗਾਂਧੀ ਨੇ ਸਾਰੇ ਧਰਮਾਂ ਦੀ ਗੱਲ ਕੀਤੀ ਸੀ, ਪਰ ਭਾਜਪਾ ਅਤੇ ਉਹਨਾਂ ਦੇ ਜੋ ਚਲਾਕ ਨੁਮਾਇੰਦੇ ਹੁੰਦੇ ਹਨ, ਕੁਝ ਅਜਿਹੇ ਜੋ ਪ੍ਰਦਰਸ਼ਨਕਾਰੀ ਉਹਨਾਂ ਰੱਖੇ ਹੋਏ ਹਨ ਜੋ ਨਕਲੀ ਪੱਗਾਂ ਬੰਨ ਕੇ ਸਰਦਾਰ ਬਣੇ ਹੋਏ ਹਨ, ਉਹ ਸੜਕਾਂ ਦੇ ਉੱਪਰ ਉਤਰ ਕੇ ਪ੍ਰਦਰਸ਼ਨ ਕਰਨ ਲੱਗ ਪਏ ਕਿ ਰਾਹੁਲ ਗਾਂਧੀ ਨੇ ਤਾਂ ਬਹੁਤ ਵੱਡਾ ਸਿੱਖਾਂ ਦੇ ਉੱਪਰ ਗਲਤ ਬਿਆਨ ਦੇ ਦਿੱਤਾ, ਜਦਕਿ 97% ਸਿੱਖ ਰਾਹੁਲ ਗਾਂਧੀ ਦੇ ਬਿਆਨ ਦੇ ਨਾਲ ਸਹਿਮਤ ਹਨ। ਇਸ ਲਈ ਸਹਿਮਤ ਹਨ ਕਿਉਂਕਿ ਇਹ ਸਾਰੀਆਂ ਗੱਲਾਂ ਐਕਚੁਅਲ ਦੇ ਵਿੱਚ ਐਗਜਿਸਟ ਕਰਦੀਆਂ ਹਨ। ਦੂਜੀ ਜੋ ਮੇਨ ਖਬਰ ਆਪ ਜੀ ਦੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਨੂੰ ਇੰਗਲੈਂਡ ਦੇ ਵਿੱਚ ਬਾਦਸ਼ਾਹ ਬਣਾ ਦਿੱਤਾ ਗਿਆ ਹੈ। ਅਗਰ ਸਿੱਖਾਂ ਦੀ ਗੱਲ ਕਰੀਏ ਤਾਂ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਨੇ ਬੁਲੰਦੀਆਂ ਛੂਈਆਂ ਹਨ ਔਰ ਸਿੱਖਾਂ ਦਾ ਉੱਚਾ ਰੁਤਬਾ ਨਜ਼ਰ ਆਉਂਦਾ ਪਿਆ ਹੈ। ਤਰਮਨਜੀਤ ਸਿੰਘ ਢੇਂਸੀ ਦਾ ਤੁਸੀਂ ਨਾਮ ਸੁਣਿਆ ਹੋਵੇਗਾ, ਜੋ ਕਿ ਇੰਗਲੈਂਡ ਦੇ ਰਹਿਣ ਵਾਲੇ ਹਨ। ਸਭ ਤੋਂ ਪਹਿਲਾਂ ਅਸੀਂ ਤਰਮਨਜੀਤ ਸਿੰਘ ਢੇਂਸੀ ਦੀ ਗੱਲ ਕਰਦੇ ਹਾਂ, ਇਸ ਤੋਂ ਬਾਅਦ ਅਸੀਂ ਰਾਹੁਲ ਗਾਂਧੀ ਦੇ ਬਾਰੇ ਵਿੱਚ ਵਿਸਤਾਰ ਵਿੱਚ ਗੱਲ ਕਰਾਂਗੇ। ਤੀਸਰੀ ਗੱਲ ਅਸੀਂ ਕਰਾਂਗੇ ਕਿ ਜੋ ਰਾਜ ਕਰੇਗਾ ਖਾਲਸਾ ਔਰ ਖਾਲਸਾ ਰਾਜ ਬਾਰੇ ਜੋ ਨਾਰਾ ਲਗਾਇਆ ਜਾਂਦਾ ਹੈ, ਉਸ ਨਾਰੇ ਨੂੰ ਰੋਕਣ ਦੇ ਲਈ ਇੱਕ ਪਾਬੰਦੀ ਲਗਾਈ ਸੀ, ਜਿਸ ਦੀ ਅਸੀਂ ਵਿਸਤਾਰ ਦੇ ਵਿੱਚ ਅੱਗੇ ਹੋਰ ਗੱਲ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਜੋ ਇੰਗਲੈਂਡ ਤੋਂ ਖਬਰ ਆ ਰਹੀ ਹੈ ਤਰਮਨਜੀਤ ਸਿੰਘ ਢੇਂਸੀ ਦੀ, ਉਹ ਤੁਹਾਨੂੰ ਪੜ੍ਹ ਕੇ ਸੁਣਾਉਂਦੇ ਹਾਂ। ਬ੍ਰਿਟਿਸ਼ ਸੰਸਦ ਤਰਮਨਜੀਤ ਸਿੰਘ ਢੇਂਸੀ ਬੁੱਧਵਾਰ ਨੂੰ ਹੋਏ ਮਤਦਾਨ ਤੋਂ ਬਾਅਦ ਰੱਖਿਆ ਚੇਅਰ ਸਮਿਤੀ ਦੇ ਮੇਨ ਹੈੱਡ ਹੋਣਗੇ। ਇਹ ਸਮਿਤੀ ਪ੍ਰਭਾਵਸ਼ਾਲੀ ਅਤੇ ਸ਼ਕਤੀਸ਼ਾਲੀ ਭੂਮਿਕਾ ਨਿਭਾਉਂਦੀ ਹੈ, ਵਿਸ਼ੇਸ਼ ਤੌਰ ਤੇ ਰਕਸ਼ਾ ਤੇ ਸਰਕਾਰ ਦੀ ਨੀਤੀਆਂ ਦੀ ਯੂਕੇ ਦੇ ਵਿੱਚ ਜਾਂਚ ਕਰਨ ਦੇ ਲਈ। ਯੂਕੇ ਦੇ ਵਿੱਚ ਜੋ ਵੀ ਨੀਤੀਆਂ ਪਾਰਲੀਮੈਂਟ ਦੇ ਅੰਦਰ ਬਣਾਈਆਂ ਜਾਂਦੀਆਂ ਹਨ, ਜੋ ਦੇਸ਼ ਦੀ ਰੱਖਿਆ ਦੇ ਲਈ ਬੰਦ ਰੱਖਦੀਆਂ ਹਨ, ਉਸਦੀ ਜੋ ਕਮੇਟੀ ਹੁੰਦੀ ਹੈ ਜੋ ਇਹ ਨੀਤੀਆਂ ਨੂੰ ਜਾਂਚ ਕਰਦੀ ਹੈ, ਉਸ ਕਮੇਟੀ ਦੇ ਜੋ ਮੁੱਖ ਚੇਅਰਪਰਸਨ ਹਨ ਉਹ ਤਰਮਨਜੀਤ ਸਿੰਘ ਢੇਂਸੀ ਨੂੰ ਬਣਾਇਆ ਗਿਆ ਹੈ। ਲੇਬਰ ਪਾਰਟੀ ਦੇ ਅਧਿਆਕਸ਼ ਨੇਤਾ ਤਰਨਜੀਤ ਸਿੰਘ ਢੇਂਸੀ ਰਕਸ਼ਾ ਨੀਤੀ ਦੇ ਮੈਂਬਰ ਚੁਣੇ ਜਾਣ ਵਾਲੇ ਪਹਿਲੇ ਅਸ਼ਵੇਦ ਏਸ਼ੀਆਈ ਜਾਂ ਅਲਪ ਸੰਖਿਅਕ ਜਾਤੀਆਂ ਸੰਸਦ ਬਣ ਗਏ ਹਨ। ਉਹਨਾਂ ਨੇ 2020 ਦੇ ਵਿੱਚ ਸਮਿਤੀ ਦੇ ਅੰਦਰ ਕੰਮ ਕੀਤਾ ਸੀ, ਉਹ ਅਜਿਹਾ ਕਰਨ ਵਾਲੇ ਦੂਸਰੇ BAMA ਸੰਸਦ ਸੀ। ਇਸ ਦਾ ਇੱਕ ਹੋਰ ਇਤਿਹਾਸਕ ਕਾਰਨ ਵੀ ਹੈ, ਕਿਉਂਕਿ ਢੇਂਸੀ ਬ੍ਰਿਟੇਨ ਦੀ ਸੰਸਦ ਦੇ ਚੈਨ ਸਮਿਤੀ ਦੇ ਅਧਿਆਕਸ਼ ਰੂਪ ਵਿੱਚ ਚੁਣੇ ਜਾਣ ਵਾਲੇ ਪਹਿਲੇ ਸਿੱਖ ਅਤੇ ਪਹਿਲੇ ਪੰਜਾਬੀ ਬਣ ਗਏ। ਢੇਂਸੀ ਯੂਰੋਪੀਅਨ ਸੰਸਦ ਦੇ ਵਿੱਚ ਸਭ ਤੋਂ ਪਹਿਲੇ ਜਿੱਤਣ ਵਾਲੇ ਪੱਗ ਬੰਨਣ ਵਾਲੇ ਸੰਸਦ ਹਨ। ਪਿਛਲੇ 3 ਵਾਰ ਤੋਂ ਇਹਨਾਂ ਨੇ ਇੰਗਲੈਂਡ ਦੇ ਵਿੱਚ ਇਲੈਕਸ਼ਨ ਲੜਿਆ ਔਰ 3 ਹੀ ਵਾਰ ਤਰਮਨਜੀਤ ਸਿੰਘ ਢੇਂਸੀ ਇੰਗਲੈਂਡ ਦੇ ਵਿੱਚ ਜਿੱਤੇ ਹਨ। ਇੰਡੀਆ ਵਿੱਚ ਭਾਵੇਂ ਕੋਈ ਵੀ ਕਹਿ ਦੇਵੇ ਕਿ ਅਸੀਂ 25 ਸਾਲ ਜਾਂ 50 ਸਾਲ ਰਾਜ ਕਰਾਂਗੇ, ਪਰ ਬਾਹਰਲੇ ਦੇਸ਼ਾਂ ਦੇ ਵਿੱਚ ਇੰਗਲੈਂਡ ਅਮੈਰੀਕਾ ਦੇ ਵਿੱਚ ਅਜਿਹਾ ਕਿਸੇ ਵੀ ਪਰਸਨ ਦੇ ਹੱਕਾਂ ਦੇ ਉੱਪਰ ਡਾਕਾ ਨਹੀਂ ਡਾਲਿਆ ਜਾਂਦਾ।
ਜਿਵੇਂ ਇੰਡੀਆ ਦੇ ਵਿੱਚ ਕੋਈ ਵੀ ਇੱਕ ਵਾਰ ਸੰਸਦ ਦੇ ਵਿੱਚ MP ਬਣ ਜਾਏ ਜਾਂ ਕਿਸੇ ਹੋਰ ਕੁਰਸੀ ਤੇ ਰਹਿ ਜਾਵੇ ਤਾਂ ਉਹ ਇੰਨਾ ਪੈਸਾ ਇਕੱਠਾ ਕਰ ਲੈਂਦਾ ਕਿ ਦੁਬਾਰਾ ਕੋਈ ਕੰਮ ਹੀ ਨਹੀਂ ਕਰਦਾ। ਇਵੇਂ ਹੀ ਅਮੈਰੀਕਾ ਦੇ ਵਿੱਚ ਬਰਾਕ ਓਬਾਮਾ, ਜੋ ਕਿ ਅਮੈਰੀਕਾ ਵਿੱਚ 2 ਵਾਰੀ ਜਿੱਤ ਕੇ ਪ੍ਰਧਾਨ ਮੰਤਰੀ ਬਣ ਚੁੱਕੇ ਹਨ, ਹੁਣ ਉਹ ਅਮੈਰੀਕਾ ਦੇ ਵਿੱਚ ਜੋ ਸਭ ਤੋਂ ਸ਼ਕਤੀਸ਼ਾਲੀ ਦੁਨੀਆ ਦੀ ਕੰਟਰੀ ਹੈ, 2 ਵਾਰੀ ਉੱਥੋਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਵੀ ਹੁਣ ਉਹ ਕਿਸੇ ਪ੍ਰਾਈਵੇਟ ਕੰਪਨੀ ਦੇ ਵਿੱਚ ਕੰਮ ਕਰਦੇ ਹਨ ਐਜ਼ ਏ ਵਰਕਰ। ਇਹ ਹੈ ਭਾਰਤ ਔਰ ਬਾਕੀ ਕੰਟਰੀਆਂ ਦੇ ਵਿੱਚ ਡਿਫਰੈਂਸ। ਪਿਛਲੇ ਟਾਈਮ ਤਰਨਜੀਤ ਸਿੰਘ ਢੈਂਸੀ ਨੇ ਇੰਗਲੈਂਡ ਦੇ ਵਿੱਚ ਸੰਸਦ ਦੇ ਵਿੱਚ ਕਿਸਾਨੀ ਅੰਦੋਲਨ ਜੋ ਇੰਡੀਆ ਵਿੱਚ ਹੋ ਰਿਹਾ ਹੈ ਉਸਦੇ ਉੱਪਰ ਵੀ ਆਵਾਜ਼ ਚੁੱਕੀ ਸੀ। ਇੱਥੋਂ ਅਸੀਂ ਸੋਚ ਸਕਦੇ ਹਾਂ ਕਿ ਸਿੱਖਾਂ ਦੇ ਲਈ ਇੰਗਲੈਂਡ ਦੇ ਵਿੱਚ ਇਹ ਕਿੰਨਾ ਖੁਸ਼ੀ ਵਾਲਾ ਔਰ ਗਰਵ ਵਾਲਾ ਦਿਨ ਹੈ, ਜਿਸ ਨਾਲ ਸਿੱਖਾਂ ਨੂੰ ਆਪਣੇ ਆਪ 'ਤੇ ਪ੍ਰਾਊਡ ਹੁੰਦਾ ਹੈ ਔਰ ਲੋਕਾਂ ਨੂੰ ਵੀ ਪ੍ਰਾਊਡ ਹੁੰਦਾ ਹੈ ਕਿ ਇਹ ਕਾਰਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਹਨ। ਹੁਣ ਗੱਲ ਕਰਦੇ ਹਾਂ ਦੂਸਰੀ ਗੱਲ ਰਾਹੁਲ ਗਾਂਧੀ ਦੇ ਨਾਲ ਜੁੜੀ ਹੋਈ ਹੈ। ਜਦੋਂ ਰਾਹੁਲ ਗਾਂਧੀ ਅਮੈਰੀਕਾ ਦੇ ਦੌਰੇ 'ਤੇ ਗਏ ਸਨ ਤਾਂ ਉੱਥੇ ਰਾਹੁਲ ਗਾਂਧੀ ਨੇ ਇੱਕ ਬਿਆਨ ਦੇ ਦਿੱਤਾ ਜਿਸ ਤੋਂ ਬਾਅਦ ਬਹੁਤ ਹੀ ਜ਼ਿਆਦਾ ਵਿਵਾਦ ਛਿੜਿਆ। ਰਾਹੁਲ ਗਾਂਧੀ ਨੇ ਇਸ ਬਿਆਨ ਦੇ ਵਿੱਚ ਕਿਹਾ ਸੀ, ਰਾਹੁਲ ਗਾਂਧੀ ਨੇ ਇਹ ਕਿਹਾ ਸੀ ਕਿ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਹੋਵੇਗਾ ਕਿ ਲੜਾਈ ਕਿਸ ਦੇ ਨਾਲ ਹੈ। ਲੜਾਈ ਰਾਜਨੀਤੀ ਦੀ ਨਹੀਂ ਹੈ, ਜਦਕਿ ਇਹ ਲੜਾਈ ਇਹ ਹੈ ਕਿ ਧਰਤੀ ਦੇ ਉੱਪਰ ਜੋ ਲੋਕਾਂ ਦੇ ਉੱਪਰ, ਮਜ਼ਲੂਮਾਂ ਦੇ ਉੱਪਰ ਅੱਤਿਆਚਾਰ ਹੋ ਰਿਹਾ ਹੈ ਉਸ ਦੀ ਲੜਾਈ ਚੱਲ ਰਹੀ ਹੈ। ਰਾਹੁਲ ਗਾਂਧੀ ਆਪਣੇ ਸਾਹਮਣੇ ਬੈਠੇ ਹੋਏ ਇੱਕ ਸਿੱਖ ਨੂੰ ਪੁੱਛਦੇ ਹਨ, ਜੋ ਉਸਦਾ ਨਾਮ ਬਲਵਿੰਦਰ ਸਿੰਘ ਸੀ, ਕਿ ਭਾਰਤ ਦੇ ਵਿੱਚ ਸਿੱਖ ਹੋਣ ਦੇ ਨਾਤੇ ਉਹਨਾਂ ਨੂੰ ਸਾਧ ਕੇ ਪੱਗ ਬੰਨ੍ਹਣ ਦੀ ਇਜਾਜ਼ਤ ਹੋਵੇਗੀ ਜਾਂ ਕਿ ਉਹਨਾਂ ਨੂੰ ਕੜਾ ਪਾਉਣ ਦੀ ਇਜਾਜ਼ਤ ਹੋਵੇਗੀ, ਜਾਂ ਉਹ ਸਿੱਖ ਹੋਣ ਦੇ ਨਾਤੇ ਗੁਰਦੁਆਰੇ ਜਾ ਸਕਣਗੇ ਜਾਂ ਨਹੀਂ ਜਾ ਸਕਣਗੇ। ਇਹ ਤਿੰਨੇ ਹੀ ਗੱਲਾਂ ਇੱਕ ਦੂਸਰੇ ਦੇ ਨਾਲ ਕੰਟਰਾਡਿਕਟਰੀ ਰਿਲੇਟ ਕਰਦੀਆਂ ਹਨ। ਇਸ ਦਾ ਪੋਜ਼ਿਟਿਵ ਮਤਲਬ ਵੀ ਕੱਢਿਆ ਜਾ ਸਕਦਾ ਹੈ ਔਰ ਨੈਗੇਟਿਵ ਮਤਲਬ ਵੀ ਕੱਢਿਆ ਜਾ ਸਕਦਾ ਹੈ, ਕਿਉਂਕਿ ਦਿੱਲੀ ਦੇ ਅੰਦਰ ਸਿੰਘਾਂ ਨੂੰ ਆਪਣੀ ਪੱਗ ਲਾ ਕੇ ਉਸਦੀ ਜਾਂਚ ਕਰਾਉਣ ਦੇ ਲਈ ਕਿਹਾ ਜਾਂਦਾ ਸੀ, ਜਿਸ ਤੋਂ ਬਾਅਦ ਦਿੱਲੀ ਦੇ ਵਿੱਚ ਇੱਕ ਕਮੇਟੀ ਬਣੀ। ਉੱਥੇ ਕੁਝ ਪੁਲਿਸ ਵਾਲੇ ਸਨ ਜੋ ਕਿ ਇਮਾਨਦਾਰ ਸਨ, ਵਧੀਆ ਤਰੀਕੇ ਨਾਲ ਜੋ ਡਿਊਟੀ ਕਰਦੇ ਸਨ, ਤਾਂ ਉਹਨਾਂ ਨੇ ਇੱਕ ਨਵੀਂ ਸਕੀਮ ਕੱਢੀ ਕਿ ਅਗਰ ਤੁਸੀਂ ਕਿਸੇ ਸਿੱਖ ਨੂੰ ਪੱਗ ਵਾਲੇ ਨੂੰ ਚੈੱਕ ਕਰਨਾ ਹੈ ਤਾਂ ਕਿਵੇਂ ਉਸ ਨੂੰ ਚੈੱਕ ਕਰੋਗੇ। ਪਰ ਉੱਥੇ ਹੀ ਨਾਲ ਹੀ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਵਿੱਚ ਜਾਣ 'ਤੇ ਇੱਕ ਵਿਵਾਦ ਖੜ੍ਹਾ ਹੋ ਗਿਆ। ਜੋ ਗੁਰਦੁਆਰੇ ਦਰਸ਼ਨ ਕਰਨ ਨੂੰ ਜਾਂਦੇ ਸਨ ਲੋਕ, ਉੱਥੇ ਉਹਨਾਂ ਦੇ ਲੱਖਾਂ ਦੇ ਚਲਾਨ ਕੱਟ ਦਿੱਤੇ। ਇੱਕ ਬੰਦੇ ਦਾ ਤਾਂ 20,000 ਦਾ ਚਲਾਨ ਮੌਕੇ 'ਤੇ ਕੱਢ ਦਿੱਤਾ ਗਿਆ, ਪਰ ਉਸਦੇ ਪਹਿਲਾਂ 2,00,000 ਦੇ ਚਲਾਨ ਕੱਟ ਚੁੱਕੇ ਸਨ ਸਿਰਫ ਗੁਰਦੁਆਰੇ ਜਾਣ ਦੇ ਲਈ। ਇਸ ਲਈ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇਸ ਦਾ ਜਵਾਬ ਭਾਜਪਾ ਦੇਵੇਗੀ ਜਾਂ ਅਸੀਂ ਦੇਵਾਂਗੇ। ਇਸ ਲਈ ਰਾਹੁਲ ਗਾਂਧੀ ਨੇ ਉੱਥੇ ਇਹ ਸਵਾਲ ਕੀਤਾ ਸੀ ਕਿ ਪੰਜਾਬੀਆਂ ਨੂੰ, ਸਿੱਖਾਂ ਨੂੰ ਗੁਰਦੁਆਰੇ ਔਰ ਕੜਾ ਪਾਉਣ ਦੀ ਇਜਾਜ਼ਤ ਹੋਵੇਗੀ ਜਾਂ ਨਹੀਂ। ਔਰ ਦੂਜੇ ਪਾਸੇ ਜੋ ਸਿੱਖ ਜੋ ਕਿ ਹੁੱਲੜਬਾਜ਼ ਹਨ, ਉਹਨਾਂ ਨੇ ਉੱਦਾਂ ਹੀ ਇਹ ਗੱਲ ਨੂੰ ਚੱਕ ਲਿਆ ਕਿ ਰਾਹੁਲ ਗਾਂਧੀ ਤੈਨੂੰ ਇਵੇਂ ਮਾਰਾਂਗੇ ਜਿਵੇਂ ਕਿ ਤੇਰੀ ਦਾਦੀ ਇੰਦਰਾ ਗਾਂਧੀ ਨੂੰ ਮਾਰਿਆ ਸੀ। ਪਰ ਇਹ ਗੱਲ ਬਿਲਕੁਲ ਗਲਤ ਹੈ, ਕਿਉਂਕਿ ਰਾਹੁਲ ਗਾਂਧੀ ਨੇ ਸਿੱਖਾਂ ਦੇ ਹੱਕ ਦੇ ਵਿੱਚ ਹੀ ਇਹ ਗੱਲ ਕੀਤੀ ਸੀ। ਦਿੱਲੀ ਦੇ ਵਿੱਚ ਕਈ ਅਜਿਹੇ ਸਕੂਲ ਹਨ ਜਿੱਥੇ ਬੱਚਿਆਂ ਨੂੰ ਕੜਾ ਪਾ ਕੇ ਸਕੂਲ ਨਹੀਂ ਜਾਣ ਦਿੱਤਾ ਜਾਂਦਾ। ਔਰ ਰਾਜਸਥਾਨ ਦੀ ਇੱਕ ਗੱਲ ਹੈ ਜਿੱਥੇ ਇੱਕ ਲੜਕੀ ਗੁਰਸਿੱਖ ਸੀ, ਉਹਨੇ ਆਪਣੇ ਕਕਾਰ ਪਾਏ ਹੋਏ ਸਨ, ਕਿਰਪਾਨ ਪਾਈ ਹੋਈ ਸੀ, ਪਰ ਉਸਨੂੰ ਕਿਰਪਾਨ ਲਾਉਣ ਕੇ ਪੇਪਰ ਪਾਉਣ ਦੇ ਲਈ ਕਿਹਾ ਗਿਆ। ਇਸ ਤਰ੍ਹਾਂ ਦੀਆਂ ਘਟਨਾਵਾਂ ਜਗ੍ਹਾ ਜਗ੍ਹਾ 'ਤੇ ਭਾਰਤ ਦੇ ਵਿੱਚ ਸਿੱਖਾਂ ਦੇ ਨਾਲ ਹੋ ਰਹੀਆਂ ਹਨ। ਇਹਨਾਂ ਗੱਲਾਂ ਤੋਂ ਹੀ ਰਾਹੁਲ ਗਾਂਧੀ ਨੇ ਅਮੈਰੀਕਾ ਦੇ ਵਿੱਚ ਉਹ ਸਟੇਟਮੈਂਟ ਦਿੱਤੀ ਸੀ। ਤੁਹਾਡੇ ਆਪਣੇ ਕੀ ਵਿਚਾਰ ਹਨ ਕਿ ਰਾਹੁਲ ਗਾਂਧੀ ਦੀ ਇਹ ਸਟੇਟਮੈਂਟ ਸਹੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸਿੱਖਾਂ ਨੂੰ ਇੱਦਾਂ ਦੀਆਂ ਬਖਸ਼ੀਸ਼ਾਂ ਬਖਸ਼ੀਆਂ ਹੋਈਆਂ ਹਨ, ਕੋਈ ਕਿੰਨਾ ਵੀ ਕੋਈ ਜ਼ੋਰ ਲਾ ਲਵੇ ਸਿੰਘਾਂ ਨੂੰ ਹੇਠਾਂ ਸੁੱਟਣ ਲਈ, ਪਰ ਫਿਰ ਵੀ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੰਘ ਦੁਨੀਆਂ ਦੇ ਕੋਨੇ ਕੋਨੇ ਦੇ ਵਿੱਚ ਅਸਮਾਨ ਦੀ ਉਚਾਈਆਂ ਨੂੰ ਛੂੰਹਦੇ ਜਾ ਰਹੇ ਹਨ।
ਜਿਸ ਨੂੰ ਦੇਖ ਕੇ ਸਿੱਖਾਂ ਨੂੰ ਪਿਆਰ ਨਾ ਕਰਨ ਵਾਲਿਆਂ ਦੇ ਦਿਲਾਂ ਨੂੰ ਹੋਲ ਪੈਂਦੇ ਹਨ। ਇਸੇ ਹੀ ਤਰ੍ਹਾਂ ਜਦੋਂ ਪਹਿਲਾਂ ਕੈਨੇਡਾ ਦੇ ਵਿੱਚ ਜਗਮੀਤ ਸਿੰਘ ਜੀ ਨੇ ਕੈਨੇਡਾ ਦੇ ਵਿੱਚ ਆਪਣੀ ਪਾਰਟੀ ਬਣਾ ਟਰੂਡੋ ਨੂੰ ਸਮਰਥਨ ਦੇ ਟਰੂਡੋ ਦਾ ਰਾਜ ਕਾਇਮ ਕੀਤਾ ਸੀ, ਜਿੱਥੇ ਦੁਨੀਆਂ ਭਰ ਦੇ ਵਿੱਚ ਜਗਮੀਤ ਨੇ ਪੱਗ ਨੂੰ ਰੋਸ਼ਨ ਕੀਤਾ ਸੀ। ਉੱਥੇ ਹੀ ਕੁਝ ਟਾਈਮ ਪਹਿਲਾਂ ਤੋਂ ਇਹ ਖਬਰ ਆਈ ਸੀ ਕਿ ਸਕਾਟਲੈਂਡ ਦੇ ਵਿੱਚ ਇੱਕ ਸਿੱਖ ਲੜਕੀ MP ਚੁਣੀ ਗਈ, ਜਿਸ ਦੀ ਦੁਨੀਆ ਭਰ ਦੇ ਵਿੱਚ ਬਹੁਤ ਚਰਚਾ ਹੋਈ। ਔਰ ਹੁਣ ਏਡਾ ਵੱਡਾ ਕੰਮ ਇੰਗਲੈਂਡ ਦੇ ਵਿੱਚ ਹੋ ਗਿਆ, ਜਿਸ ਤੋਂ ਬਾਅਦ ਦੇਸ਼ ਦੁਨੀਆ ਦੇ ਵਿੱਚ ਜੋ ਕਦੇ ਮਹਾਰਾਜਾ ਰਣਜੀਤ ਸਿੰਘ ਜੀ ਦਾ ਤਖ਼ਤ, ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀ, ਅਜਿਹਾ ਰਾਜ ਸਥਾਪਿਤ ਕੀਤਾ। ਸਿੰਘਾਂ ਨੇ ਪੂਰੀ ਦੁਨੀਆ ਦੇ ਵਿੱਚ ਕਮਾਲ ਕਰ ਦਿੱਤਾ ਹੈ, ਕਦੀ ਅਮਰੀਕਾ ਵਿੱਚੋਂ ਤੇ ਕਦੀ ਸਕਾਟਲੈਂਡ, ਕਦੀ ਇੰਗਲੈਂਡ ਦੇ ਵਿੱਚੋਂ ਸਿੰਘਾਂ ਦੀ ਬੁਲੰਦੀਆਂ ਦੀ ਖ਼ਬਰ ਆ ਜਾਂਦੀ ਹੈ।